ਸਤਿ ਸ੍ਰੀ ਅਕਾਲ ਜੀ, ਰੇਡੀਓ ਜੀ ਪੰਜਾਬ 'ਤੇ ਤੁਹਾਡਾ ਸਵਾਗਤ। ਮੈਂ ਡਾਕਟਰ ਹਰਜਿੰਦਰ ਪਾਲ ਸਿੰਘ ਵਾਲੀਆ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰਸਾਰ। ਪਹਿਰੇ ਸਰੋਤਿਓ, ਤੁਹਾਨੂੰ ਪਤਾ ਹੈ ਕਿ ਰੇਡੀਓ ਜੀ ਪੰਜਾਬ ਦਾ ਇਹ ਪ੍ਰੋਗਰਾਮ ਖਬਰਸਾਰ ਉਹਨਾਂ ਖਬਰਾਂ ਦੀ ਬਾਤ ਪਾਉਂਦਾ, ਉਹਨਾਂ ਖਬਰਾਂ 'ਤੇ ਚਰਚਾ ਕਰਦਾ ਜਿਹੜੀਆਂ ਖਬਰਾਂ ਸੁਰਖੀਆਂ ਬਣਦੀਆਂ ਨੇ, ਜਿਹੜੀਆਂ ਸੁਰਖੀਆਂ ਸਾਡੇ 'ਤੇ ਪ੍ਰਭਾਵ ਪਾਉਂਦੀਆਂ ਨੇ, ਦੇਸ਼ 'ਤੇ ਪ੍ਰਭਾਵ ਪਾਉਂਦੀਆਂ ਨੇ, ਲੋਕਾਂ 'ਤੇ ਪ੍ਰਭਾਵ ਪਾਉਂਦੀਆਂ ਨੇ, ਸਮਾਜ 'ਤੇ ਪ੍ਰਭਾਵ ਪਾਉਂਦੀਆਂ ਨੇ, ਉਹਨਾਂ 'ਤੇ ਚਰਚਾ ਅਸੀਂ ਇਸ ਪ੍ਰੋਗਰਾਮ 'ਚ ਕਰਦੇ ਹਾਂ। ਅਤੇ ਇਹ ਪ੍ਰੋਗਰਾਮ ਸੁਣਨ ਲਈ ਜਿਹੜੇ US ਦੇ ਸਰੋਤੇ ਨੇ ਸਾਡੇ, ਉਹ ਡਾਇਲ ਕਰ ਸਕਦੇ ਨੇ ਨੰਬਰ +1 631 856 9507। US ਦੇ ਸਰੋਤੇ +1 631 856 9507 ਇਹ ਡਾਇਲ ਕਰਨ ਅਤੇ ਰੇਡੀਓ ਜੀ ਪੰਜਾਬ ਸੁਣਨਗੇ। ਕੈਨੇਡਾ ਦੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਲਈ ਨੰਬਰ ਹੈ +1 438 800 6676, +1 438 800 6676। ਆਸਟ੍ਰੇਲੀਆ ਦੇ ਸਰੋਤਿਆਂ ਲਈ ਨੰਬਰ ਨੋਟ ਕਰ ਲਓ, ਆਸਟ੍ਰੇਲੀਆ ਵਾਲੇ +61 261 9494 2, +61 261 9494 UK ਦੇ ਸਰੋਤੇ ਜਿਹੜੇ ਸਾਡੇ ਨੇ +44 44 330 9988 1108। ਅਤੇ ਸਟੂਡੀਓ ਦਾ ਨੰਬਰ ਵੀ ਤੁਸੀਂ ਨੋਟ ਕਰੋ, ਕਿਉਂਕਿ ਸਟੂਡੀਓ ਦੇ ਇਸ ਨੰਬਰ ਦੇ ਨਾਲ ਤੁਸੀਂ ਸਾਡੇ ਨਾਲ ਜੁੜੋਗੇ, ਤੁਸੀਂ ਸਵਾਲ ਕਰ ਸਕਦੇ ਹੋ, ਤੁਸੀਂ ਆਪਦੀ ਟਿੱਪਣੀ ਕਰ ਸਕਦੇ ਹੋ। +91 781 481 7406 ਸਾਡੇ ਸਟੂਡੀਓ ਦਾ ਨੰਬਰ ਹੈ, +9 761 484 7406। ਜੇ ਸਾਡੇ ਨਾਲ ਤੁਸੀਂ ਜਿਹੜਾ ਹੈ ਕੰਪਿਊਟਰ 'ਤੇ ਈਮੇਲ ਰਾਹੀਂ ਜੁੜਨਾ ਚਾਹੁੰਦੇ ਹੋ, radiogpunjab@gmail.com। ਦੂਜੀ ਈਮੇਲ ਹੈ info@radiogpunjab.com। ਸੋ ਪਿਆਰੇ ਸਰੋਤਿਓ, ਆਪਾਂ ਚਰਚਾ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਸੁਰਖੀਆਂ 'ਤੇ, ਉਹਨਾਂ ਖਬਰਾਂ 'ਤੇ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਖਬਰ ਜਿਹੜੀ ਹੈ ਉਹ ਜਲਿਆਂਵਾਲੇ ਬਾਗ ਬਾਰੇ ਹੈ। ਜਲਿਆਂਵਾਲਾ ਬਾਗ ਸਾਡੇ ਦੇਸ਼ ਦਾ ਉਹ ਸਾਕਾ ਹੈ, ਉਹ ਖੂਨੀ ਸਾਕਾ ਹੈ ਜਿਹੜਾ ਹਾਲੇ ਤੱਕ ਸਾਡੇ ਚਿੱਤ ਚੇਤਿਆਂ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਹੈ ਉਹ ਇੱਕ ਕਾਲੇ ਧੱਬੇ ਦੀ ਤਰ੍ਹਾਂ ਉੱਕਰਿਆ ਪਿਆ ਹੈ। 13 ਅਪ੍ਰੈਲ 1919 ਵਿਸਾਖੀ ਦਾ ਦਿਨ ਲੋਕ ਹਰਿਮੰਦਰ ਸਾਹਿਬ ਗਏ, ਮੱਥਾ ਟੇਕਿਆ ਅਤੇ ਨਾਲ ਆਪਣੇ ਲੀਡਰਾਂ ਦੇ ਭਾਸ਼ਣ ਸੁਣਨ ਲਈ ਚਲੇ ਗਏ ਜਲਿਆਂਵਾਲੇ ਬਾਗ ਦੇ ਵਿੱਚ। ਜਲਿਆਂਵਾਲਾ ਬਾਗ ਥੋੜ੍ਹੀ ਦੂਰੀ 'ਤੇ ਸੀ ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਸ ਦਿਨ ਦਫਾ 44 ਲੱਗੀ ਹੋਈ ਸੀ, ਔਰ ਕਿਉਂਕਿ ਦਫਾ 44 ਲੱਗਣ ਦਾ ਕਾਰਨ ਵੀ ਪਤਾ ਹੈ ਕਿ ਪਿਛਲੇ 3 ਦਿਨ ਤੋਂ ਸਮਝੋ 10-11-12 ਨੂੰ ਬਹੁਤ ਕੁਝ ਵਾਪਰਿਆ ਸੀ ਅੰਮ੍ਰਿਤਸਰ ਦੀ ਧਰਤੀ 'ਤੇ। ਸਟੇਸ਼ਨ ਨੂੰ ਅੱਗ ਲੱਗੀ ਸੀ, ਡਾਕਖਾਨਾ ਫੁਕਿਆ ਸੀ, 12 ਅੰਗਰੇਜ਼ ਕੁੱਟ ਕੁੱਟ ਕੇ ਮਾਰ ਦਿੱਤੇ ਗਏ ਸੀ। ਉਸੇ ਗੁੱਸੇ ਦੇ ਵਿੱਚ ਇੱਕ ਅੰਗਰੇਜ਼ ਨੂੰ ਕੁੱਟਿਆ, ਜਦੋਂ ਕਰੋਲਿੰਗ ਸਟਰੀਟ ਜਿਹਨੂੰ ਕਹਿੰਦੇ ਹੈ ਉੱਥੋਂ ਦੇ ਕੁਛ ਬੰਦਿਆਂ ਨੇ, ਤਾਂ ਉਹ ਜਨਰਲ ਡਾਇਰ ਉਹਦਾ ਹਸਪਤਾਲ 'ਚ ਪਤਾ ਲੈਣ ਗਿਆ ਅਤੇ ਉੱਥੇ ਜਨਰਲ ਡਾਇਰ ਨੇ ਗੁੱਸੇ 'ਚ ਆ ਕੇ ਜਿਹੜਾ ਹੈ ਸਬਕ ਸਿਖਾਉਣ ਦੀ ਗੱਲ ਉਹਦੇ ਮਨ 'ਚ ਆ ਗਈ ਸੀ। ਔਰ 13 ਅਪ੍ਰੈਲ ਨੂੰ ਜਦੋਂ ਲੋਕ ਉੱਥੇ ਇਕੱਠੇ ਹੋਏ ਸੀ ਅਤੇ ਜਿਸ ਤਰੀਕੇ ਨਾਲ 1600 ਰੌਂਦ ਫਾਇਰ ਹੋਏ ਉਸ ਦਿਨ, 50 ਬੰਦੇ ਸੀ ਉਸ ਗੇਟ 'ਤੇ, ਬਿਨਾਂ ਕਿਸੇ ਭੜਕਾਹਟ ਤੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਜਿਹੜੇ ਗੈਰ ਸਰਕਾਰੀ ਅੰਕੜੇ ਨੇ, 1000 ਤੋਂ ਵੱਧ ਬੰਦਾ ਸ਼ਹੀਦ ਹੋਇਆ ਸੀ, ਸਰਕਾਰੀ ਅੰਕੜੇ 400 ਕਹਿੰਦੇ ਨੇ। ਤੋ ਇਹ ਸਾਰੀ ਘਟਨਾ ਲਈ ਕਿਹਾ ਇਹ ਗਿਆ ਸੀ ਕਿ ਜਿਹੜੀ
ਜਿਹੜੇ ਪਾਰਲੀਮੈਂਟ ਦੇ ਵਿੱਚ ਮਾਫ਼ੀ ਮੰਗੇ ਬਰਤਾਨੀਆ ਸਰਕਾਰ, ਲੇਕਿਨ ਬਰਤਾਨੀਆ ਸਰਕਾਰ ਨੇ ਮਾਫ਼ੀ ਨਹੀਂ ਮੰਗੀ। ਉੱਥੋਂ ਦੀ ਪ੍ਰਾਈਮ ਮਿਨਿਸਟਰ ਥਰੇਸਾ ਮੇ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ, ਸਿਰਫ ਇੰਨਾ ਕਿਹਾ ਕਿ ਇਹ ਸਾਡੇ ਹਿੰਦੁਸਤਾਨ ਬਰਤਾਨੀਆ ਇਤਿਹਾਸ ਦਾ ਇੱਕ ਜਿਹੜਾ ਹੈ ਸ਼ਰਮਨਾਕ ਵਕ ਹੈ। ਅਫਸੋਸ ਤਾਂ ਪ੍ਰਗਟ ਕੀਤਾ, ਮਾਫ਼ੀ ਨਹੀਂ ਮੰਗੀ। ਇਹ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਰਹੀ ਸਾਡੇ ਮੀਡੀਆ ਦੇ ਵਿੱਚ। ਇਹ ਵੀ ਗੱਲ ਬੜੀ ਸਪੱਸ਼ਟ ਹੈ ਕਿ ਲੋਕ ਇਹ ਕਹਿੰਦੇ ਸੁਣੇ ਗਏ ਕਿ ਤੁਸੀਂ ਬਰਤਾਨੀਆ ਤੋਂ ਤਾਂ ਮਾਫ਼ੀ ਦੀ ਗੱਲ ਕਰਦੇ ਹੋ, ਹਿੰਦੁਸਤਾਨ ਦੀ ਸਰਕਾਰ ਨੇ ਕਦੋਂ ਮਾਫ਼ੀ ਮੰਗ ਲਈ? ਹਿੰਦੁਸਤਾਨ ਦੀ ਸਰਕਾਰ ਨੂੰ ਕਈ ਗੱਲਾਂ ਕਰਕੇ ਮਾਫ਼ੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ, ਉਹ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਹਿੰਦੁਸਤਾਨ ਦੀ ਸਰਕਾਰ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਕਤਲੇਆਮ, ਸਿੱਖ ਕਤਲੇਆਮ, ਉਹ ਵੀ ਤਾਂ ਇਸੇ ਤਰ੍ਹਾਂ ਹੋਇਆ ਸੀ। ਹੁਣ ਤਾਂ ਕੋਰਟ ਨੇ ਵੀ ਕਹਿਤਾ ਕਿ ਉਹ ਕਤਲੇਆਮ ਸੀ, ਉਹ ਦੰਗੇ ਨਹੀਂ ਸੀ। ਤੋ ਬਹੁਤ ਕੁਛ ਹੋਰ ਐਸਾ ਹੋਇਆ, ਉਹ 'ਤੇ ਮਾਫ਼ੀ ਮੰਗਣ ਦੀ ਗੱਲ ਜਿਹੜੀ ਹੈ ਲੋਕ ਕਰਦੇ ਨੇ। ਪਰ ਇੱਥੇ ਵੀ ਥਰੇਸਾ ਮੇ ਨੇ ਜਿਵੇਂ ਕੀਤਾ, ਉਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜਦੋਂ ਸੀ, ਉਹਨਾਂ ਨੇ ਵੀ ਇਹੀ ਕੁਛ ਕੀਤਾ ਸੀ। ਤੋ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਜਲਿਆਂ ਵਾਲੇ ਬਾਗ ਦੇ ਸਾਕੇ ਦੀ ਗੱਲ ਕਰਦੇ ਹਾਂ ਤਾਂ ਕਈ ਸਵਾਲ ਸਾਡੇ ਮਨ 'ਚ ਖੜ੍ਹੇ ਹੁੰਦੇ ਨੇ। ਕਈ ਗੱਲਾਂ ਤਾਂ ਐਸੀਆਂ ਨੇ ਕਿ ਰੋਲ ਐਕਟ ਦੇਖੋ ਨਾ, ਵਰਲਡ ਵਾਰ ਦੇ ਵਿੱਚ ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, 74,000 ਹਿੰਦੁਸਤਾਨੀ ਸ਼ਹੀਦ ਹੋਇਆ ਸੀ। ਅਤੇ ਲੱਗਦਾ ਤਾਂ ਇਹ ਸੀ ਕਿ ਸਰਕਾਰ ਜਿਹੜੀ ਅੰਗਰੇਜ਼ ਹੈ ਉਹ ਕੁਛ ਦੇਗੀ ਸਪੈਸ਼ਲ, ਉਹਦੇ ਲਈ ਇੰਨੇ ਲੋਕ ਸਾਡੇ ਸ਼ਹੀਦ ਹੋਏ ਸੀ। ਹੋਇਆ ਉਲਟ, ਉਹਨੇ ਰੋਲ ਟੈਕਟ ਲਿਆ ਤਾ, ਜਿਹੜਾ ਬਿਨਾਂ ਕਿਸੇ ਦਲੀਲ ਤੋਂ ਜੇਲ੍ਹ ਚੰਦਰ ਕਰ ਸਕਦਾ ਸੀ। ਤੋ ਇਹ ਸਾਰੇ ਉਸ ਦਾ ਵਿਰੋਧ ਹੋਣ ਲਈ ਹੀ ਇਕੱਠ ਹੋਇਆ ਸੀ, ਜਿਹੜੇ ਇਕੱਠ 'ਤੇ ਜਿਹੜੇ ਹੈ ਜਨਰਲ ਡਾਇਰ ਨੇ ਗੋਲੀ ਚਲਾਈ ਸੀ। ਦੋ ਗੱਲਾਂ ਉਦੋਂ ਬੜੀਆਂ ਸਪੱਸ਼ਟ ਹੋਈਆਂ ਸੀ ਕਿ ਹਿੰਦੁਸਤਾਨ ਦੇ ਵਿੱਚ ਇੱਕ ਨਵਾਂ ਇਨਕਲਾਬ ਆਇਆ ਸੀ, ਲਹਿਰ ਚੱਲੀ ਸੀ ਆਜ਼ਾਦੀ ਦੀ ਲਹਿਰ। ਇਹ ਜਾਈ ਨਹੀਂ ਗਏ ਜਿਹੜੀਆਂ ਉਹਨਾਂ ਦੀਆਂ ਸ਼ਹੀਦੀਆਂ, ਆਜ਼ਾਦੀ ਦੀ ਲਹਿਰ ਚੱਲੀ ਸੀ। ਉਸ ਲਹਿਰ ਦੇ ਵਿੱਚ ਸਿੱਖਾਂ ਦਾ ਜਿਹੜਾ ਯੋਗਦਾਨ ਹੈ ਇੱਕੋ ਦਮ 90% ਤੋਂ ਵੱਧ ਗਿਆ ਸੀ। ਜਿਵੇਂ ਹੁਣ ਅਸੀਂ ਬੜੇ ਮਾਣ ਨਾਲ ਗੌਰਵ ਨਾਲ ਕਹਿੰਦੇ ਹਾਂ ਕਿ ਸਿੱਖਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ, ਇਹ ਕੁਰਬਾਨੀਆਂ ਉਸ ਤੋਂ ਬਾਅਦ ਦੀਆਂ ਸੀ। ਦੋ ਧੜਿਆਂ 'ਚ ਵੱਟ ਗਏ ਸੀ ਸਿੱਖ। ਇੱਕ ਉਹ ਸਿੱਖ ਸੀ ਜਿਹੜੇ ਅਲੀਟ ਕਲਾਸ ਨਾਲ ਸੰਬੰਧਿਤ ਸੀ, ਦੂਜੇ ਉਹ ਸਿੱਖ ਸੀ ਜਿਹੜੇ ਆਮ ਸਿੱਖ ਸੀ। ਜਿਹੜਾ ਆਮ ਸਿੱਖ ਸੀ ਉਹ ਅੰਗਰੇਜ਼ਾਂ ਦੇ ਖਿਲਾਫ ਹੋ ਗਿਆ ਔਰ ਉਸਨੇ ਅੰਗਰੇਜ਼ਾਂ ਨੂੰ ਸਬਕ ਸਿਖਾਉਣ ਦਾ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਬਾਹਰ ਕੱਢਣ ਦੀ ਜਿਹੜੀ ਹੈ ਉਹ ਸੌਂਹ ਖਾਧੀ ਸੀ। ਤੋ ਇਹ ਜਿਹੜਾ ਜਲਿਆਂ ਵਾਲੇ ਬਾਗ ਨੂੰ 100 ਸਾਲ ਹੋ ਗਿਆ, ਪਰ ਹੁਣ ਕਈ ਸਵਾਲ ਹੋਰ ਖੜ੍ਹੇ ਹੁੰਦੇ ਨੇ ਕਿ ਅਸੀਂ ਸ਼ਤਾਬਦੀ ਸਮਾਰੋਹ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਮਨਾ ਰਹੇ ਹਾਂ, ਕਿ ਸਾਡੀ ਸਰਕਾਰ ਨੇ ਬਰਤਾਨੀਆ ਦੀ ਸਰਕਾਰ ਤੋਂ ਮੰਗ ਸਹੀ ਤਰੀਕੇ ਨਾਲ ਕੀਤੀ। ਲੋਕ ਤਾਂ ਮੰਗ ਕਰਦੇ ਨੇ, ਲੋਕ ਮੰਗ ਕਰਦੇ ਰਹਿਣਗੇ ਕਿ ਜਿੰਨਾ ਚਿਰ ਜਿਵੇਂ ਕਨੇਡਾ ਦੇ ਜਿਹੜੀ ਸਰਕਾਰ ਨੇ ਕਾਮਾ ਘਾਟਾ ਮਾਰੂ ਲਈ ਮਾਫ਼ੀ ਮੰਗੀ ਹੈ, ਫਾਰਮਲ ਮਾਫ਼ੀ ਮੰਗੇ ਬਰਤਾਨੀਆ, ਲੋਕ ਇਹ ਵੀ ਮਾਫ਼ੀ ਲਈ ਗੱਲ ਕਰਦੇ ਰਹਿਣਗੇ ਕਿ ਹਿੰਦੁਸਤਾਨ ਦੀ ਸਰਕਾਰ ਵੀ ਮਾਫ਼ੀ ਮੰਗੇ ਜੋ ਕਤਲੇਆਮ ਸਿੱਖਾਂ ਦਾ ਹੋਇਆ ਸੀ। ਇਹ ਸਾਰੀਆਂ ਗੱਲਾਂ ਬਿਲਕੁਲ ਵੱਖ ਨੇ। ਲੇਕਿਨ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਨਾ ਬਣਦਾ ਹੈ। ਨਵਜੋਤ ਸਿੰਘ ਸਿੱਧੂ ਨੇ ਇੱਕ ਚਿੱਠੀ ਲਿਖੀ ਜਿਹਦੇ 'ਚ ਉਹਨੇ ਕਈ ਨੁਕਤੇ ਐਸੇ ਉਠਾਏ ਜਲਿਆਂ ਵਾਲੇ ਬਾਗ ਬਾਰੇ। ਪਹਿਲਾਂ ਤਾਂ ਵੱਡਾ ਨੁਕਤਾ ਉਹਦਾ ਇਹ ਹੈ ਕਿ ਸਾਨੂੰ ਪੁੱਛਿਆ ਨਹੀਂ ਗਿਆ, ਜਿਹੜੇ ਟਰੱਸਟ ਦੇ ਮੈਂਬਰ ਨੇ, ਸਰਕਾਰ ਹੈ ਕਾਂਗਰਸ ਦੀ, ਨਹੀਂ ਪੁੱਛਿਆ ਗਿਆ, ਸੱਚੀ ਗੱਲ ਹੈ। ਫੰਡ ਨਹੀਂ ਜਾਰੀ ਕੀਤਾ ਕੇਂਦਰ ਸਰਕਾਰ ਨੇ, ਸਹੀ ਗੱਲ ਹੈ। ਕੁਛ ਵੀ ਨਹੀਂ ਨਵਾਂ ਹੋਇਆ, ਇਹ ਵੀ ਸਹੀ ਗੱਲ ਹੈ। ਇਹ ਤਾਂ ਹੈ 100 ਸਾਲਾਂ 'ਤੇ ਸ਼ਤਾਬਦੀ ਸਮਾਰੋਹ ਦੀ ਗੱਲਾਂ। ਹਾਲਾਂਕਿ 13 ਅਪ੍ਰੈਲ ਨੂੰ ਹਿੰਦੁਸਤਾਨ ਦੇ ਉਪ ਰਾਸ਼ਟਰਪਤੀ ਨੇ ਆਉਣਾ, ਇਹ ਸਾਰਾ ਕੁਛ ਚੱਲ ਰਿਹਾ। ਪਰ ਇਹਦੇ ਨਾਲ ਕਈ ਗੱਲਾਂ ਹੋਰ ਨੇ ਕਿ ਸਾਡੇ ਵਿਦਵਾਨਾਂ ਨੇ ਸਹੀ ਹਿਸਟਰੀ ਲਿਖੀ, ਸਿੱਖ ਹਿਸਟਰੀ ਦੇ ਨਜ਼ਰੀਏ ਤੋਂ ਇਹਦੇ 'ਚ ਸਿੱਖਾਂ ਦੇ ਯੋਗਦਾਨ ਦਾ ਗੱਲ ਕੀਤੀ ਗਈ। ਔਰ ਇਹ ਵੀ ਸਪੱਸ਼ਟ ਕਰਨਾ ਬਣਦਾ ਕਿ ਉੱਥੇ ਜਿਹੜੇ ਲੋਕ ਇਕੱਠੇ ਹੋਏ ਸੀ ਕਿ ਉਹ ਸ਼ਰਧਾਲੂ ਸੀ ਜਿਹੜੇ ਮੱਥਾ ਟੇਕ ਕੇ ਉੱਥੇ ਆਰਾਮ ਕਰਨ ਗਏ ਸੀ, ਜਿਵੇਂ ਬਹੁਤ ਸਾਰੇ ਸਿੱਖ ਇਤਿਹਾਸਕਾਰ ਕਹਿੰਦੇ ਨੇ।
ਜਾ ਕੇ ਉਹ ਕਾਂਗਰਸ ਦੇ ਲੀਡਰਾਂ ਦੇ ਮੋਟੀਵੇਟ ਕੀਤੇ ਹੋਏ ਬੰਦੇ ਸੀ? ਕੀ ਇਸ ਲਈ ਕਾਂਗਰਸੀ ਲੀਡਰ ਜ਼ਿੰਮੇਵਾਰ ਸੀ? ਬਹੁਤ ਸਾਰੇ ਸਵਾਲ ਸਾਡੇ ਸਾਹਮਣੇ ਨੇ, ਪਰ ਇਹ ਸਵਾਲਾਂ ਦੇ ਜਵਾਬ ਸਾਡੇ ਵਿਦਵਾਨਾਂ ਨੂੰ ਹੁਣ ਤੱਕ ਲੱਭਣੇ ਚਾਹੀਦੇ ਸੀ, ਨਹੀਂ ਲੱਭੇ। ਅਤੇ ਹੁਣ ਇੱਕ ਗੱਲ ਬੜੀ ਸਪੱਸ਼ਟ ਹੈ, ਇਹ ਸਵਾਲ ਲੱਭਣ ਜਾਂ ਨਾ ਲੱਭਣ, ਪਰ ਲੋਕ ਇਹ ਜ਼ਰੂਰ ਚਾਹੁੰਦੇ ਨੇ ਕਿ ਹਿੰਦੁਸਤਾਨ ਜਿਹੜਾ ਹੈ ਉਹ ਸਰਕਾਰ ਕਹੇ ਬਰਤਾਨੀਆ ਦੀ ਸਰਕਾਰ ਨੂੰ ਕਿ ਉਹ ਮਾਫ਼ੀ ਮੰਗੇ। ਪਰ ਇਹ ਵੀ ਗੱਲ ਸਪੱਸ਼ਟ ਹੈ ਕਿ ਅਸੀਂ ਤਾਂ ਕਾਮਨਵੈਲਥ ਦੇ ਮੈਂਬਰ ਹਾਂ, ਅਸੀਂ ਸਾਡੇ ਤਾਂ ਉੱਥੇ ਇਉਂ ਲੱਗਦਾ ਕਿ ਪਾਵਰ ਟਰਾਂਸਫਰ ਹੋਈ ਹੈ, ਅਸੀਂ ਸੋਵਰਨ ਨਹੀਂ ਹੋਏ। ਹਾਲੇ ਵੀ ਸਾਡੀ ਜਿਹੜੀ ਰਾਣੀ ਐਲਜਬੈਥ ਹੈ, ਹਾਲੇ ਵੀ ਅਸੀਂ ਮਹਾਰਾਣੀ ਇੰਗਲੈਂਡ ਨੂੰ ਆਪਣੀ ਮਹਾਰਾਣੀ ਬਣਦੇ ਹਾਂ ਕਿਉਂਕਿ ਕਾਮਨਵੈਲਥ ਦੇ ਮੈਂਬਰ ਹਾਂ। ਤੋ ਇਹ ਸਾਰੇ ਕੁਛ ਦੇ ਵਿੱਚ ਅਸੀਂ ਇਹ ਜ਼ਰੂਰ ਮੰਗ ਕਰਦੇ ਹਾਂ ਕਿ ਮਾਫ਼ੀ ਮੰਗਣੀ ਚਾਹੀਦੀ ਹੈ, ਔਰ ਜ਼ੋਰਦਾਰ ਢੰਗ ਨਾਲ ਸਾਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਹੈ। ਜਿੰਨਾ ਚਿਰ ਬਰਤਾਨੀਆ ਸਰਕਾਰ ਨਹੀਂ ਮੰਨਦੀ ਅਤੇ ਮਾਫ਼ੀ ਨਹੀਂ ਮੰਗਦੀ, ਉਨਾ ਚਿਰ ਇਹ ਆਵਾਜ਼ ਇਸੇ ਤਰੀਕੇ ਨਾਲ ਬੁਲੰਦ ਹੋਣੀ ਚਾਹੀਦੀ ਹੈ। ਇਹ ਜਲਿਆਂਵਾਲੇ ਬਾਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇਹ ਜਿਹੜਾ ਗਿਲਾ ਜਾਇਜ਼ ਹੈ ਕਿ ਕੇਂਦਰ ਸਰਕਾਰ ਨੇ ਨਾ ਪੈਸਾ ਦਿੱਤਾ ਨਾ ਹੀ ਸ਼ਤਾਬਦੀ ਸਮਾਰੋਹ ਦੀ ਕੋਈ ਗੱਲ ਕੀਤੀ, ਪਰ ਕੇਂਦਰ ਸਰਕਾਰ ਕਰੇ ਨਾ ਕਰੇ ਘੱਟੋ ਘੱਟ ਪੰਜਾਬ ਦੇ ਵਿੱਚ ਇਸ ਦਿਨ ਜਿਹੜੇ ਨੇ ਉਸਨੂੰ ਮਨਾਇਆ ਵੀ ਜਾਊ। ਆਮ ਲੋਕਾਂ ਦੇ ਮਨਾਂ ਦੇ ਵਿੱਚ ਪੂਰਾ ਸਤਿਕਾਰ ਹੈ ਉਹਨਾਂ ਸ਼ਹੀਦਾਂ ਦਾ ਜਿਹੜੇ ਉਸ ਦਿਨ ਮਾਰੇ ਗਏ ਸੀ। ਵੈਸੇ ਸ਼ਹੀਦ ਅਸੀਂ ਕਹਿੰਦੇ ਹਾਂ, ਸਰਕਾਰ ਤਾਂ ਭਗਤ ਸਿੰਘ ਨੂੰ ਵੀ ਸ਼ਹੀਦ ਨਹੀਂ ਬਣਦੀ। ਤੋ ਇਹ ਜਿਹੜੇ ਲੋਕ ਜਿਹੜੇ ਕ੍ਰਾਂਤੀਕਾਰੀ ਉਸ ਦਿਨ ਮਾਰੇ ਗਏ ਸੀ ਉਹਨਾਂ ਦੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਜਿਹੜਾ ਹੈ ਉਹ ਅਜਾਈ ਨਹੀਂ ਜਾਏਗੀ। ਇੱਕ ਦਿਨ ਐਸਾ ਆਏਗਾ ਕਿ ਬਰਤਾਨੀਆ ਨੂੰ ਮਾਫ਼ੀ ਮੰਗਣੀ ਪਏਗੀ। ਪਿਆਰੇ ਸਰੋਤਿਓ, ਤੁਸੀਂ ਜੁੜਿਓ ਰੇਡੀਓ ਜੀ ਪੰਜਾਬ ਦੇ ਨਾਲ, ਅਤੇ ਸਾਡੇ ਸਟੂਡੀਓ ਦਾ ਨੰਬਰ ਨੋਟ ਕਰ ਲਓ ਜੇ ਤੁਸੀਂ ਕੋਈ ਸਵਾਲ ਕਰਨਾ, +9 1 7 8 1 4 8 4 7 4 0 6 ਸਾਡਾ ਨੰਬਰ ਹੈ। ਜਲਿਆਂਵਾਲੇ ਬਾਗ ਤੋਂ ਬਾਅਦ ਜੇ ਅਸੀਂ ਗੱਲ ਕਰੀਏ, ਉਹ ਗੱਲ ਇੱਕ ਵੱਡੀ ਹੋਰ ਖਬਰ ਦੀ ਹੈ, ਅਤੇ ਉਹ ਖਬਰ ਅਕਸਰ ਬਣਾਉਂਦੀ ਰਹਿੰਦੀ ਹੈ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ। ਸ਼੍ਰੋਮਣੀ ਕਮੇਟੀ ਨੇ 523 ਮੁਲਾਜ਼ਮਾਂ ਨੂੰ ਜਿਹੜਾ ਹੈ ਬਹਾਲ ਕੀਤਾ, ਅਤੇ ਜਿਹੜੇ 523 ਮੁਲਾਜ਼ਮ ਬਹਾਲ ਕੀਤੇ ਗਏ ਨੇ ਉਹ 523 ਮੁਲਾਜ਼ਮਾਂ ਦੇ, ਅਸੀਂ ਇਹਦੇ ਬਾਰੇ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ, ਅਸੀਂ ਤਾਂ ਸਵਾਲ ਕਰਨਾ ਸ਼੍ਰੋਮਣੀ ਕਮੇਟੀ ਨੂੰ, ਉਹ ਫਿਰ ਦੁਹਰਾ ਰਹੇ ਹਾਂ। ਸਵਾਲ ਇਹ ਹੈ, ਗੋਬਿੰਦ ਸਿੰਘ ਲੌਂਗੋਵਾਲ ਸਾਹਿਬ, ਤੁਸੀਂ ਕੱਲ੍ਹ ਉੱਥੇ ਗਏ, ਤੁਸੀਂ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ, ਜਥੇਦਾਰ ਬਡੂੰਗਰ ਦੇ ਲਾਏ ਹੋਏ, ਕਿਰਪਾਲ ਸਿੰਘ ਬਡੂੰਗਰ ਦੇ ਲਾਏ ਹੋਏ ਬੰਦੇ ਕੱਢੇ ਕਿਉਂ ਸੀ? ਕੀ ਕਹਿ ਕੇ ਕੱਢੇ ਸੀ? ਕਿ ਇਹਨਾਂ ਦੀ ਲੋੜ ਨਹੀਂ, ਜਾਂ ਇਹ ਕੁਆਲੀਫਿਕੇਸ਼ਨ ਪੂਰੀ ਨਹੀਂ ਕਰਦੇ? ਕੀ ਹੁਣ ਜਦੋਂ ਧਰਨੇ 'ਤੇ ਬੈਠੇ ਸੀ ਉਹਨਾਂ ਨੇ ਕੁਆਲੀਫਿਕੇਸ਼ਨ ਪੂਰੀ ਕਰ ਲਈ? ਕੀ ਉਹਨਾਂ ਦੀ ਲੋੜ ਹੁਣ ਪੈ ਗਈ? ਇਹ ਜਵਾਬ ਦੇਣਾ ਪਏਗਾ। ਇਹ ਜਿਹੜੇ ਤੁਸੀਂ ਮਨਮਾਈਆਂ ਕਰਦੇ ਹੋ, ਕਦੇ ਕੱਢ ਦਿਓ, ਕਦੇ ਰੱਖ ਲਓ, ਕਦੇ ਜਿਉ ਚੀੜੀਏ, ਕਦੇ ਮਰ ਚੀੜੀਏ, ਇਹ ਗੱਲ ਨਹੀਂ ਚੱਲਣੀ। ਇਹ ਤੁਸੀਂ ਬਹੁਤ ਗੱਲ ਜਿਹੜੀ ਹੈ ਗਲਤ ਕੀਤੀ ਹੈ। ਲੋਕ ਪੁੱਛਦੇ ਰਹਿਣਗੇ ਕਿ ਇਹ ਠੀਕ ਹੈ, ਚੰਗਾ ਕੀਤਾ ਤੁਸੀਂ ਇਹ ਬੰਦੇ ਰੱਖ ਲਏ, ਪਰ ਕੱਢੇ ਕਿਉਂ ਸੀ? ਇਹਦਾ ਜਵਾਬ ਵੀ ਤੁਹਾਨੂੰ ਦੇਣਾ ਪਏਗਾ। ਅਗਲੀ ਖਬਰ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਬੰਧਿਤ ਹੈ। ਦੇਖੋ, ਚੋਣ ਜ਼ਾਬਤਾ ਲੱਗਿਆ ਹੋਇਆ, ਚੋਣ ਜ਼ਾਬਤੇ ਵਿੱਚ ਮੋਦੀ ਹਰ ਹੀਲਾ ਵਰਤ ਰਿਹਾ ਹੈ ਆਪਣੀ ਇਲੈਕਸ਼ਨ ਨੂੰ ਜਿੱਤਣ ਦਾ। ਵਰਤਣਾ ਵੀ ਚਾਹੀਦਾ, ਕੌਣ ਕਹਿੰਦਾ ਨਾ ਵਰਤੇ, ਪਰ ਇੱਕ ਖਾਸ ਜਿਹੜੀ ਨੈਤਿਕਤਾ ਇਹ ਮੰਗ ਕਰਦੀ ਹੈ ਕਿ ਫੌਜ ਨੂੰ, ਹਿੰਦੁਸਤਾਨ ਦੀ ਫੌਜ ਹੈ ਇਹ, ਵੱਡੇ ਲੋਕਤੰਤਰ ਦੀ ਫੌਜ ਹੈ, ਉਹਦੇ ਨਾਂ 'ਤੇ ਸਿਆਸਤ ਨਾ ਕੀਤੀ ਜਾਵੇ। ਪਰ ਮੋਦੀ ਸਾਹਿਬ ਨਹੀਂ ਟਿਕਦੇ, ਉਹ ਬਹੁਤ ਵਾਰ ਇਹ ਗੱਲ ਕਹਿੰਦੇ ਨੇ ਕਿ ਬਾਲਕੋਟ ਅਸੀਂ ਹਮਲਾ ਕੀਤਾ, ਅਸੀਂ ਪਾਕਿਸਤਾਨ 'ਚ ਗਏ, ਅਸੀਂ ਉਹਨਾਂ ਦੇ ਤਬਾਹ ਕਰਤੇ ਟਿਕਾਣੇ, ਅਸੀਂ ਸਰਜੀਕਲ ਸਟ੍ਰਾਈਕ ਕੀਤੀ। ਇਹ ਸਾਰੀਆਂ ਗੱਲਾਂ ਕੀ ਨੇ? ਕੀ ਉਹ ਕਹਿ ਕੇ ਜਿਹੜੇ ਹੈ ਵੋਟਾਂ ਲੈਣੀਆਂ ਚਾਹੁੰਦੇ ਨੇ? ਫੌਜੀਆਂ ਦੇ ਨਾਂ 'ਤੇ ਜਿਹੜੀ ਸਿਆਸਤ ਉਹ ਕਰ ਰਹੇ ਨੇ, ਇਹਦਾ ਜਵਾਬ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ। ਚਿੱਠੀ ਲਿਖੀ ਹੈ ਚੋਣ ਕਮਿਸ਼ਨ ਨੂੰ
ਕਿ ਇਹ ਜਿਹੜੇ ਮੋਦੀ ਸਾਹਿਬ ਇਹ ਜੁਮਲੇ ਛੱਡ ਰਹੇ ਨੇ, ਮੋਦੀ ਸਾਹਿਬ ਜਿਹੜੇ ਪਾਕਿਸਤਾਨ ਦੇ ਖਿਲਾਫ ਸ਼ਹੀਦਾਂ ਨੂੰ ਵਰਤ ਕੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ। ਉਹਨਾਂ ਨੇ ਇਹ ਕਿਹਾ ਕਿ ਚੋਣ ਜ਼ਾਬਤਾ ਨੂੰ ਜਿਹੜਾ ਹੈ ਸਹੀ ਤਰੀਕੇ ਨਾਲ ਜੇ ਲਾਗੂ ਕਰਨਾ ਤਾਂ ਮੋਦੀ ਨੂੰ ਇਹਨਾਂ ਗੱਲਾਂ ਤੋਂ ਰੋਕਣ ਦੀ ਲੋੜ ਹੈ। ਤੋ ਇਹ ਰੋਕਿਆ ਜਾ ਸਕਦਾ, ਰੋਕੇਗਾ ਹੀ, ਰੋਕਿਆ ਜਿਵੇਂ ਫਿਲਮ ਦੀ ਗੱਲ ਹੈ, ਤੋਂ ਬਾਅਦ ਆਪਾਂ ਜਿਹੜੀ ਖਬਰ ਲੈਣੀ ਹੈ ਉਹ ਨਰਿੰਦਰ ਮੋਦੀ ਦੀ ਫਿਲਮ ਬਾਰੇ ਲੈਣੀ ਹੈ। ਸੋ ਜਿਹੜਾ ਕੁਛ ਇਹ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਸਹੀ ਕੀਤਾ। ਕੈਪਟਨ ਖੁਦ ਫੌਜੀ ਰਹੇ, ਫੌਜੀਆਂ ਦੇ ਨਾਂ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਚਾਹੀਦੀ ਪਰ ਹੋ ਰਹੀ ਹੈ, ਇਹ ਗੱਲ ਵੀ ਸਪਸ਼ਟ ਹੈ। ਖਾਸ ਤੌਰ 'ਤੇ ਮੋਦੀ ਦੇ ਵੱਲੋਂ ਇਹ ਹੋ ਰਹੀ ਹੈ। ਇਸ ਤੋਂ ਪਹਿਲਾਂ ਕਿ ਮੈਂ ਜਿਹੜੀ ਖਬਰ ਲਵਾਂ ਜਿਹਦਾ ਮੈਂ ਹੁਣੀ ਜ਼ਿਕਰ ਕਰਕੇ ਹਟਿਆ ਕਿ ਜਿਹੜੇ ਆਪਣੇ ਚੋਣ ਕਮਿਸ਼ਨ ਨੂੰ ਜਿਹੜੀ ਸ਼ਿਕਾਇਤ ਹੋਈ ਸੀ ਫਿਲਮ ਦੀ, ਉਹਦੇ ਬਾਰੇ ਮੈਂ ਜ਼ਿਕਰ ਕਰਾਂ। ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਕਿ ਜਿਹੜੀ ਤਾਜ਼ਾ ਅਪਡੇਟ ਹੈ ਉਹ ਸਾਡੇ ਸਰੋਤੇ ਜ਼ਰੂਰ ਸੁਣ ਲੈਣ। ਉਹ ਇਹ ਹੈ ਕਿ ਦੋ ਉਮੀਦਵਾਰ ਹੋਰ ਪਤਾ ਲੱਗਿਆ ਕਾਂਗਰਸ ਨੇ ਪੰਜਾਬ ਦੇ ਵਿੱਚ ਲਗਭਗ ਤੈਅ ਕਰ ਲਏ ਨੇ, ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਤੋਂ ਅਤੇ ਕੇਵਲ ਸਿੰਘ ਢਿੱਲੋਂ ਸੰਗਰੂਰ ਤੋਂ, ਇਹ ਦੋਨਾਂ ਦੇ। ਇਹਨਾਂ 'ਤੇ ਵੀ ਆਪਾਂ ਚਰਚਾ ਕਰਾਂਗੇ। ਫਿਲਹਾਲ ਜਿਹੜੀ ਖਬਰ ਆਪਾਂ ਲਈ ਹੈ ਕਿ ਫਿਲਮ ਬਣਾਈ ਗਈ ਸੀ ਸੁਰੇਸ਼ ਅਬਰਾਏ ਵੱਲੋਂ। ਫਿਲਮ ਦਾ ਟਾਈਮ ਇਹ ਰੱਖਿਆ ਗਿਆ ਸੀ ਕਿਉਂਕਿ ਮੋਦੀ ਦੀ ਬਾਇਓਪਿਕ ਸੀ। ਇੱਕ ਚਾਹ ਵਾਲਾ ਕਿਵੇਂ ਪੜ੍ਹਦਾ ਹੈ, ਚਾਹ ਵੇਚਦਾ ਬੱਚਾ ਪੜ੍ਹਦਾ ਕਿਵੇਂ ਹੈ, ਕਿਵੇਂ ਸਟਰਗਲ ਕਰਦਾ, RSS ਦਾ ਵਰਕਰ ਬਣਦਾ, ਉਸ ਤੋਂ ਬਾਅਦ ਉਹ ਕਿਵੇਂ ਹਿੰਦੁਸਤਾਨ ਦਾ ਸਫਲ ਪ੍ਰਧਾਨ ਮੰਤਰੀ ਬਣਦਾ, ਇਹ ਗੱਲ ਕਹੀ ਗਈ ਸੀ। ਸੁਰੇਸ਼ ਓਬਰਾਏ ਜਿਹੜਾ ਕਿ ਮਾਊਂਟ ਆਬੂ ਦੇ ਨਾਲ ਜੁੜਿਆ ਹੋਇਆ ਹੈ, ਬ੍ਰਹਮ ਕੁਮਾਰੀ ਜੀ ਦੇ ਨਾਲ, ਸ਼ਿਵਾਨੀ ਦੇ ਨਾਲ ਉਹ ਜਿਹੜਾ ਹੈ ਪ੍ਰੋਗਰਾਮ ਵੀ ਕਰਦਾ, ਅਤੇ ਦੂਜੇ ਪਾਸੇ ਉਹਦਾ ਮੁੰਡਾ ਜਿਹੜਾ ਵਿਵੇਕ ਓਬਰਾਏ, ਸੁਰੇਸ਼ ਓਬਰਾਏ ਨੇ ਫਿਲਮ ਪ੍ਰੋਡਿਊਸ ਕੀਤੀ, ਵਿਵੇਕ ਓਬਰਾਏ ਵਿੱਚ ਨਰਿੰਦਰ ਮੋਦੀ ਬਣਿਆ। ਫਿਲਮ ਜੇ ਦੇਖੀ ਜਾਂਦੀ ਤਾਂ ਜ਼ਰੂਰ ਪ੍ਰਭਾਵ ਪਾਉਂਦੀ। ਤੁਹਾਨੂੰ ਪਤਾ ਹੈ ਕਿ ਫਿਲਮ ਇੱਕ ਐਸਾ ਮਾਧਿਅਮ ਹੈ ਜਿਹੜਾ ਬਹੁਤ ਪ੍ਰਭਾਵ ਪਾਉਂਦਾ ਲੋਕਾਂ 'ਤੇ। ਸਾਡਾ ਫੈਸ਼ਨ ਫਿਲਮਾਂ ਦੇ ਸਿਰ 'ਤੇ ਚੱਲਦਾ, ਸਾਡੇ ਡਾਇਲੋਗ ਲੋਕ ਬੋਲਣਾ ਜਿਹੜੇ ਫਿਲਮਾਂ ਦੇ ਨਾਲ ਸ਼ੁਰੂ ਕਰ ਦਿੰਦੇ ਨੇ, ਲੋਕਾਂ ਦੀ ਬੋਲੀ ਬਦਲ ਦਿੰਦੀ ਹੈ, ਬਹੁਤ ਜਿਹੜਾ ਹੈ ਪ੍ਰਭਾਵ ਪੈਂਦਾ, ਲੋਕ ਉਹਦੇ ਗਾਣੇ ਲੋਕ ਵਰਤਣੇ ਸ਼ੁਰੂ ਕਰ ਦਿੰਦੇ ਨੇ। ਤੋ ਉਸੇ ਤਰੀਕੇ ਨਾਲ ਇਹ ਫਿਲਮ ਪ੍ਰਭਾਵ ਪਾਉਂਦੀ, ਇਹ ਗੱਲ ਜਿਹੜਾ ਹੈ ਸਾਡੇ ਚੋਣ ਕਮਿਸ਼ਨ ਨੇ ਇਹ ਸਮਝੀ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਫਿਲਮ 19 ਮਈ ਤੱਕ ਨਹੀਂ ਰਿਲੀਜ਼ ਹੋਏਗੀ। ਇੱਕ ਤਾਂ ਇਹ ਜਿਹੜਾ ਹੈ ਉਹ 'ਤੇ ਲੱਗਿਆ ਜਿਹੜਾ ਇਲਜ਼ਾਮ ਕਿ ਇਹਨਾਂ ਨੇ ਗਲਤ ਸਮੇਂ ਇਹ ਰਿਲੀਜ਼ ਕੀਤੀ ਹੈ, ਇਹ ਵੋਟਰਾਂ 'ਤੇ ਜਿਹੜਾ ਹੈ ਅਸਰ ਪਾਏਗੀ। ਦੂਜੀ ਗੱਲ, ਇੱਕ ਹੋਰ ਝਟਕਾ ਲੱਗਿਆ, ਅੱਜ ਮੋਦੀ ਦਾ ਬਹੁਤ ਮਾੜਾ ਦਿਨ ਸੀ, 3 ਝਟਕੇ ਲੱਗੇ ਨੇ ਮੋਦੀ ਨੂੰ ਕੱਲ੍ਹ। ਪਹਿਲਾ ਲੱਗਿਆ ਰਫਾਲ ਦੇ ਮਾਮਲੇ ਦੇ ਵਿੱਚ, ਦੂਜਾ ਲੱਗਿਆ ਫਿਲਮ ਦੇ ਮਾਮਲੇ ਵਿੱਚ, ਤੀਜਾ ਲੱਗਿਆ ਜਿਹੜਾ ਹੈ ਨਮੋ TV ਦੇ ਮਾਮਲੇ 'ਚ। ਜਿਹੜਾ TV ਚਲਾਇਆ ਹਰ ਵਕਤ ਮੋਦੀ ਮੋਦੀ ਕਰਦਾ ਸੀ ਜਿਹੜਾ TV, ਉਸਨੂੰ ਵੀ ਚੋਣ ਕਮਿਸ਼ਨ ਨੇ ਬੰਦ ਕਰਤਾ ਕਿ ਇਹ ਵੀ ਬਾਅਦ 'ਚ ਦੇਖੋ, ਹੁਣ ਜੇ ਚਲਾਇਆ ਤਾਂ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੋਏਗਾ। ਸੋ ਰਫਾਲ ਦਾ ਮੁੱਦਾ ਔਰ ਜਿਹੜੇ ਫਿਲਮ ਦਾ ਨਾ ਰਿਲੀਜ਼ ਹੋਣਾ ਔਰ TV ਦਾ ਬੰਦ ਹੋਣਾ, ਇਹ ਮਾੜੇ ਸਟਾਰ ਦੀ ਨਿਸ਼ਾਨੀ ਹੈ। ਪਤਾ ਨਹੀਂ ਲੱਗਦਾ, ਮੈਂ ਵੈਸੇ ਵਿਸ਼ਵਾਸ ਘੱਟ ਕਰਦਾ, ਲੋਕ ਕਹਿੰਦੇ ਨੇ ਮੋਦੀ ਦੇ ਚੰਗੇ ਦਿਨ ਨਹੀਂ, ਮਾੜੇ ਦਿਨ ਆਉਣ ਵਾਲੇ ਨੇ। ਇਹ ਜਿਹੜੀ ਹੈ ਇਸ ਤਰ੍ਹਾਂ ਲੱਗਦਾ ਇਸ ਖਬਰ ਤੋਂ ਬਾਅਦ। ਪੈਰਿਸ ਰੋਤੇ ਤੁਸੀਂ ਸੁਣ ਰਹੇ ਹੋ ਰੇਡੀਓ ਜੀ ਪੰਜਾਬ ਦਾ ਪ੍ਰੋਗਰਾਮ ਖਬਰਸਾਰ। ਖਬਰਸਾਰ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋ। ਜਿਹੜੇ ਸਰੋਤੇ ਹਾਲੇ ਤੱਕ ਸਾਡੇ ਨਾਲ ਨਹੀਂ ਜੁੜੇ ਉਹਨਾਂ ਨੂੰ ਮੈਂ ਦੱਸਦਾ ਕਿ ਹਰ ਰੋਜ਼ ਇੰਡੀਅਨ ਟਾਈਮ 8:30 ਇਹ ਪ੍ਰੋਗਰਾਮ ਹੁੰਦਾ ਔਰ ਇਹਦੇ ਵਿੱਚ ਅਸੀਂ ਇੰਪੋਰਟੈਂਟ ਖਬਰਾਂ 'ਤੇ ਜਿਹੜੀ ਟਿੱਪਣੀ ਕਰਦੇ ਹਾਂ। ਅਤੇ ਇਹ ਸਾਰੇ ਸਰੋਤੇ ਜਿਹੜੇ ਸਾਡੇ US ਦੇ ਨੇ ਉਹ ਇੱਕ ਨੰਬਰ ਨੋਟ ਕਰਨ, ਜੇ ਉਹਨਾਂ ਨੇ ਇਹ ਪ੍ਰੋਗਰਾਮ ਸੁਣਨਾ ਤਾਂ ਨੰਬਰ ਡਾਇਲ ਕਰਕੇ ਸੁਣ ਸਕਦੇ ਨੇ, +1 6 3 1 8 5 6 9 5 0 7। ਕੈਨੇਡਾ ਦੇ ਸਰੋਤੇ ਜਿਹੜੇ ਨੇ
ਉਹ ਵੀ ਨੰਬਰ ਨੋਟ ਕਰ ਲੈਣ +1 438 800 6676 ਆਸਟ੍ਰੇਲੀਆ ਦੇ ਸਰੋਤੇ 6126194994942 ਯੂਕੇ ਦੇ ਵਿੱਚ ਜਿਹੜੇ ਰਹਿ ਰਹੇ ਪੰਜਾਬੀ ਨੇ ਉਹ ਸਾਡੇ ਨਾਲ ਜੁੜ ਸਕਦੇ ਨੇ +44 330 9981 08 ਸਾਡੇ ਸਟੂਡੀਓ ਦਾ ਨੰਬਰ ਹੈ +917814847406 ਸਾਡੇ ਈਮੇਲ ਐਡਰੈੱਸ ਹੈ radiogpunjab@gmail.com info@radiogpunjab.com ਸੋ ਸਰੋਤਿਓ ਲੈਂਦੇ ਹਾਂ ਇੱਕ ਛੋਟੇ ਜਿਹਾ ਵਕਫਾ ਵਕਫੇ ਤੋਂ ਬਾਅਦ ਫਿਰ ਮਿਲਦੇ ਹਾਂ ਵਕਫੇ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਖਬਰ 'ਤੇ ਚਰਚਾ ਕਰਾਂ ਇੱਕ ਸਾਡੇ ਸਰੋਤੇ ਨੇ ਜਿਹੜਾ ਸਵਾਲ ਪੁੱਛਿਆ ਈਮੇਲ ਰਾਹੀਂ ਸਵਾਲ ਆਇਆ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਸਾਡੀ ਹਾਲਾਂਕਿ ਗਲਤੀ ਨਹੀਂ ਸੀ ਉਹ ਮੈਂ ਗੱਲ ਕਰਨੀ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਕਿਹਾ ਕਿ ਮਾੜਾ ਦਿਨ ਸੀ ਮੋਦੀ ਦਾ ਤਿੰਨ ਗੱਲਾਂ ਕਰਕੇ ਦੋ ਤਾਂ ਤੁਸੀਂ ਕਰਤੀਆਂ ਕਿ ਉਹਦੀ ਫਿਲਮ ਨਹੀਂ ਰਿਲੀਜ਼ ਹੋਈ ਅਤੇ ਉਹਦਾ ਟੀ ਵੀ ਬੰਦ ਹੋ ਗਿਆ ਤੀਜੀ ਕਿਹੜੀ ਗੱਲ ਹੈ ਪਹਿਲੇ ਸਰੋਤਿਓ ਤੀਜੀ ਗੱਲ ਮੈਂ ਦੱਸਣੀ ਲੱਗਿਆ ਸੀ ਅਤੇ ਵਕਫੇ ਦਾ ਟਾਈਮ ਹੋ ਗਿਆ ਉਹ ਇਹ ਸੀ ਕਿ ਸੁਪਰੀਮ ਕੋਰਟ ਨੇ ਰਾਫੇਲ ਦੇ ਮੁੱਦੇ 'ਤੇ ਸਰਕਾਰ ਨੂੰ ਬੁਰੀ ਤਰੀਕੇ ਨਾਲ ਝਟਕਾ ਦਿੱਤਾ ਸਰਕਾਰ ਇਹ ਕਹਿ ਰਹੀ ਸੀ ਕਿ ਜਿਹੜੇ ਕਾਗਜ਼ ਜਿਹੜੇ ਪੇਪਰ ਲੀਕ ਹੋਏ ਸੀ ਜਿਹੜੇ ਤਿੰਨ ਪੇਪਰ ਜਿਹਦੇ 'ਚ ਇਹ ਸਿੱਧ ਹੁੰਦਾ ਕਿ ਇਹਦੀ ਜਿਹੜੀ ਡੀਲ ਕਿਸਨੇ ਕਰਾਈ ਇਹ ਜਿਹਦੇ 'ਚ ਇਹ ਸਿੱਧ ਹੁੰਦਾ ਕਿ ਜਿਹਦਾ ਰਾਹੁਲ ਗਾਂਧੀ ਲਗਾਤਾਰ ਚਰਚਾ ਕਰ ਰਿਹਾ ਮੀਡੀਆ 'ਚ ਰੌਲਾ ਪਾ ਰਿਹਾ ਕਿ ਮੇਰੇ ਨਾਲ 15 ਮਿੰਟ ਵੀ ਗੱਲ ਕਰ ਲਏ ਮੋਦੀ ਉਹ ਗੱਲ ਉਹ ਇਹ ਸੀ ਕਿ 30,000 ਕਰੋੜ ਦਾ ਜਿਹੜਾ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਵਾਲੀ ਗੱਲ ਸੀ ਉਹ ਇਦੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਓਫੀਸ਼ੀਅਲ ਸੀਕਰਟ ਐਕਟ ਦੇ ਅੰਦਰ ਆਉਂਦੀ ਹੈ ਉਸ 'ਤੇ ਬਹਿਸ ਨਹੀਂ ਹੋ ਸਕਦੀ ਪਰ ਹੁਣ ਜਿਹੜੀ ਰਿਵਿਊ ਪਟੀਸ਼ਨ ਪਾਈ ਸੀ ਪ੍ਰਸ਼ਾਂਤ ਭੂਸ਼ਣ ਨੇ ਅਤੇ ਨਾਲੇ ਅਰੁਣ ਸ਼ੌਰੀ ਨੇ ਉਹ 'ਤੇ ਹੁਣ ਜਿਹੜੀ ਹੈ ਗੱਲਬਾਤ ਹੋਈ ਔਰ ਸੁਪਰੀਮ ਕੋਰਟ ਜਿਹੜੀ ਹੈ ਉਸਨੇ ਕਿਹਾ ਕਿ ਨਹੀਂ ਇਹ 'ਤੇ ਗੱਲਬਾਤ ਹੋ ਸਕਦੀ ਹੈ ਅਤੇ ਬਹਿਸ ਹੋ ਸਕਦੀ ਹੈ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋਈ ਹੈ ਇਹ ਕਾਂਗਰਸ ਨੂੰ ਆਪਣੀ ਜਿੱਤ ਦੇ ਤੌਰ 'ਤੇ ਲੈ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਇਸ ਨੂੰ ਆਪਣੀ ਹਾਰ ਦੇ ਤੌਰ 'ਤੇ ਲੈ ਰਹੀ ਹੈ ਔਰ ਰਾਹੁਲ ਗਾਂਧੀ ਇਸ ਨੂੰ ਵਾਰ ਵਾਰ ਫਿਰ ਕਹਿ ਰਿਹਾ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਤਾ ਚੌਕੀਦਾਰ ਚੋਰ ਹੈ ਸੋ ਇਸ ਕਰਕੇ ਮੈਂ ਕਿਹਾ ਸੀ ਕਿ ਇਹ ਜਿਹੜੀ ਜਿਹੜਾ ਮਾੜਾ ਦਿਨ ਸੀ ਨਰਿੰਦਰ ਮੋਦੀ ਦੇ ਲਈ ਜਦੋਂ ਹੁਣ ਆਪਾਂ ਅਗਲੀ ਖਬਰ ਵੱਲ ਵਧੀਏ ਤਾਂ ਮੈਨੂੰ ਇਉਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਵਿੱਚ ਪੰਜਾਬ ਤੋਂ ਬਾਹਰ ਸਿੱਖਾਂ ਦੇ ਨਾਲ ਜਾਤੀਆਂ ਦੀਆਂ ਖਬਰਾਂ ਲਗਾਤਾਰ ਆ ਵੀ ਰਹੀਆਂ ਅਤੇ ਵੱਧ ਵੀ ਰਹੀਆਂ ਨੇ ਕਦੇ ਰਾਜਸਥਾਨ ਦੀ ਖਬਰ ਆਉਂਦੀ ਹੈ ਕਦੇ ਅੰਬਾਲਾ ਦੇ ਵਿੱਚ ਜਿਹੜਾ ਹੈ ਹਰਿਆਣਾ ਦੇ ਵਿੱਚ ਸਿੱਖਾਂ ਦੀ ਬੇਅਦਬੀ ਹੁੰਦੀ ਹੈ ਦਸਤਾਰ ਦੀ ਅਤੇ ਹੁਣ ਜਿਹੜੀ ਯੂਪੀ ਦੀ ਖਬਰ ਆਈ ਹੈ ਵੀਡੀਓ ਵਾਇਰਲ ਹੋਈ ਹੈ ਟਰੱਕਰ ਜਿਹੜਾ ਇੱਕ ਜਾ ਰਿਹਾ ਸੀ ਸਰਦਾਰ ਉਹਦਾ ਦਾੜੀ ਪ੍ਰਕਾਸ਼ ਸੀ ਪੂਰਨ ਬਹੁਤ ਗੁਰਸਿੱਖ ਸੀ ਔਰ ਜਿਸ ਤਰੀਕੇ ਨਾਲ ਪੁਲਿਸ ਵਾਲੇ ਨੇ ਉਸਦੀ ਦਾੜੀ ਨੂੰ ਫੜਿਆ ਤਾਂ ਦਾੜੀ ਦੀ ਬੇਅਦਬੀ ਕੀਤੀ ਹੈ ਬੇਇੱਜ਼ਤੀ ਕੀਤੀ ਗਈ ਉਸ ਸਰਦਾਰ ਦੀ ਲੋਕਾਂ ਦੇ ਵਿੱਚ ਬਹੁਤ ਰੋਸ ਹੈ ਇਸੇ ਰੋਸ ਨੂੰ ਜ਼ਬਾਨ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਤਰਾਜ਼ ਉਠਾਇਆ ਸੀ ਅਤੇ ਕਿਹਾ ਸੀ ਕਿ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਰਕਾਰ ਦਾ ਫਰਜ਼ ਹੈ ਅਤੇ ਇਹ ਵੀ ਹੁਣ ਖਬਰ ਆਈ ਹੈ ਕਿ ਯੂਪੀ ਦੇ ਮੁੱਖ ਮੰਤਰੀ ਨੇ ਉਹ ਪੁਲਿਸ ਵਾਲਾ ਜਿਹੜਾ ਮਤਲ ਕਰ ਦਿੱਤਾ ਇਹ ਮਤਲ ਕਰਨਾ ਜਾਂ ਇਸ ਤਰ੍ਹਾਂ ਦੀ ਗੱਲ ਕਰਨਾ ਇਹ ਆਪਣੇ ਆਪ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਗੱਲ ਤਾਂ ਇਹ ਹੋਣੀ ਚਾਹੀਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਸਤਿਕਾਰ ਹੋਵੇ ਸਿੱਖਾਂ ਨੂੰ ਇਹ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਉਹ ਕੌਮ ਹੈ ਜਿਹਦੀ ਤੁਸੀਂ ਬੇਇੱਜ਼ਤੀ ਕਰ ਰਹੇ ਹੋ ਇਸ ਕੌਮ ਨੇ ਤੁਹਾਡੇ ਜਿਹੜਾ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਤੋਂ ਜਿਹੜੀਆਂ ਕੁੜੀਆਂ ਬੰਦੀ ਬਣਾ ਕੇ ਲੈ ਕੇ ਜਾ ਰਿਹਾ ਸੀ ਉਹਨਾਂ ਨੂੰ ਨਾ ਸਿਰਫ ਚੜਾਇਆ ਸੀ ਸਗੋਂ ਬਹੁਤ ਹੀ ਪਿਆਰ ਨਾਲ ਇਸ ਨੂੰ ਅੱਗੇ ਤੋਰਿਆ ਸੀ ਤੋ ਇਹ ਜਿਹੜੀ ਗੱਲ ਹੈ ਇੱਕ ਸਾਡੇ ਨਾਲ ਸਰੋਤਾ ਜੁੜਿਆ ਉਸ ਤੋਂ ਬਾਅਦ ਆਪਾਂ ਆਪਣੀ ਅਗਲੀ ਗੱਲ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਕੌਣ ਸਾਹਿਬ ਬੋਲ ਰਹੇ ਜੀ
ਹਾਂ ਜੀ ਮਨਦੀਪ ਕੀ ਕਹੋਗੇ? ਹੈਲੋ, ਹਾਂਜੀ ਹਾਂਜੀ, ਆਪਣੇ ਰੇਡੀਓ ਸਟੇਸ਼ਨ? ਹਾਂਜੀ ਹਾਂਜੀ, ਰੇਡੀਓ ਜੀ ਪੰਜਾਬ ਤੇ ਤੁਹਾਡਾ ਸਵਾਗਤ ਜੀ। ਜੀ ਜੀ, ਦੱਸੋ ਕੀ ਕਹਿਣਾ ਚਾਹੋਗੇ ਜੀ? ਜੀ, ਮੈਂ ਤਾਂ ਚਾਹੁੰਦਾ ਸੀ, ਪ੍ਰੋਗਰਾਮ ਬਹੁਤ ਵਧੀਆ ਵਧੀਆ ਇਸ਼ੂ ਤੇ ਚੱਲ ਰਿਹਾ ਜੀ ਸਾਰਾ ਜੀ, ਕਰੰਟ ਇਸ਼ੂ ਨੇ ਜੀ, ਕੋਸ਼ਿਸ਼ ਤਾਂ ਇਹ ਕਰੀ ਦੀ ਹੈ ਜੀ, ਬਿਲਕੁਲ ਲੋਕਾਂ ਚ ਵਧੀਆ ਸੁਨੇਹਾ ਜਾ ਰਿਹਾ ਜੀ ਜੀ। ਸ਼ੁਕਰੀਆ, ਥੈਂਕ ਯੂ ਵੈਰੀ ਮਚ, ਤੇ ਮੈਨੂੰ ਆਸ ਹੈ ਕਿ ਤੁਸੀਂ ਲਗਾਤਾਰ ਸਾਡੇ ਇਸ ਪ੍ਰੋਗਰਾਮ ਨੂੰ ਇਸ ਤਰ੍ਹਾਂ ਹੀ ਹੁੰਗਾਰਾ ਦਿੰਦੇ ਰਹੋਗੇ। ਥੈਂਕ ਯੂ ਮਨਦੀਪ। ਸੋ ਮੈਂ ਗੱਲ ਕਰ ਰਿਹਾ ਸੀ ਕਿ ਸਿੱਖਾਂ ਦੇ ਨਾਲ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਗੁਰੂ, ਦੇਖੋ ਇਹ ਜੇ ਹਿਸਟਰੀ 'ਚ ਚੰਗੀ ਤਰ੍ਹਾਂ ਸਾਰੇ ਹਿੰਦੁਸਤਾਨ 'ਚ ਪੜ੍ਹਾਇਆ ਹੁੰਦਾ ਤਾਂ ਸਿੱਖਾਂ 'ਤੇ ਇਸ ਤਰ੍ਹਾਂ ਚੁਟਕਲੇ ਨਾ ਚੱਲਦੇ। ਹੁਣ ਇਹ ਦੱਸਣਾ ਪੈਂਦਾ ਹੈ ਕਿ ਤੁਹਾਡੇ ਕੌਮ ਦੇ ਲਈ ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ। ਇਹ ਦੱਸਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਨੇ ਜਨੇਊ ਨਹੀਂ ਪਾਇਆ ਸੀ, ਜਨੇਊ ਰਿਜੈਕਟ ਕੀਤਾ ਸੀ, ਨੌਵੇਂ ਗੁਰੂ ਨੇ ਜਨੇਊ ਲਈ ਜਾਣ ਦਿੱਤੀ। ਕਿਉਂ? ਉਹਨਾਂ ਦਾ ਇਹ ਮਤਲਬ ਜਨੇਊ ਪਾਉਣ ਦਾ ਨਹੀਂ ਸੀ, ਉਹਨਾਂ ਦਾ ਮਤਲਬ ਸੀ ਕਿ ਔਰੰਗਜ਼ੇਬ ਹਰ ਬੰਦੇ ਨੂੰ ਆਪਣੀ ਆਜ਼ਾਦੀ ਹੈ, ਜੇ ਤੁਸੀਂ ਜਿਹੜਾ ਜਿਸ ਤਰੀਕੇ ਨਾਲ ਉਹ ਚਾਹੇ ਰਹਿ ਸਕਦਾ, ਖਾ ਸਕਦਾ, ਧਰਮ ਦੇ ਮੁਤਾਬਕ ਆਪਣੇ ਵਿਸ਼ਵਾਸ ਦੇ ਮੁਤਾਬਕ ਪੂਜਾ ਪਾਠ ਕਰ ਸਕਦਾ, ਤੁਸੀਂ ਇਹਨਾਂ ਨੂੰ ਨਾ ਰੋਕੋ। ਉਸ ਕੌਮ ਦੇ ਜਿਸ ਦੇ 99% ਜਿਹੜੇ ਨੇ ਉਹਨਾਂ ਦੀ ਕੁਰਬਾਨੀ ਹੋਵੇ। ਹੁਣੇ ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਕਿਵੇਂ ਪੰਜਾਬੀ ਮਾਰੇ ਗਏ ਸੀ। ਉਸ ਦੇ ਵਿੱਚ ਯੂਪੀ ਪੁਲਿਸ ਦਾ ਇੱਕ ਸਿਪਾਹੀ, ਜਦੋਂ ਵੀਡੀਓ ਦੇਖੀ ਮੈਂ, ਮੈਨੂੰ ਬੜਾ ਅਫਸੋਸ ਹੋਇਆ, ਉਹ ਗੁਰਸਿੱਖ ਦੀ ਦਾੜੀ ਪੱਟ ਰਿਹਾ। ਤੋ ਇਹ ਗੱਲ ਤਸੱਲੀ ਵਾਲੀ ਇੰਨੀ ਕੀ ਹੈ ਕਿ ਕਿਹਾ ਗਿਆ ਕਿ ਮੁੱਖ ਮੰਤਰੀ ਯੂਪੀ ਵੱਲੋਂ ਜਦੋਂ ਕੈਪਟਨ ਨੇ ਸ਼ਿਕਾਇਤ ਕੀਤੀ ਕਿ ਇਹ ਜਿਹੜਾ ਉਸਨੂੰ ਮਤਲ ਕਰ ਦਿੱਤਾ ਗਿਆ। ਪਰ ਇਹ ਜਿਹੀਆਂ ਘਟਨਾਵਾਂ ਬਹੁਤ ਨਿੰਦਣਯੋਗ ਨੇ। ਜੇ ਇਹ ਗੱਲ ਇਉਂ ਚੱਲਦੀ ਰਹੀ ਤਾਂ ਬਹੁਤ ਅਫਸੋਸ ਹੋਏਗਾ ਔਰ ਦੇਸ਼ ਦੇ ਵਿੱਚ ਸਿੱਖਾਂ ਦੇ ਅੰਦਰ ਭਾਵਨਾ ਗਲਤ ਜਾਏਗੀ, ਦੂਜੇ ਦਰਜੇ ਦੇ ਸ਼ਹਿਰੀ ਹੋਣ ਵਾਲੀ ਕਿਤੇ ਭਾਵਨਾ ਨਾ ਚਲੀ ਜਾਵੇ। ਪਹਿਲਾਂ ਹੀ ਘੱਟ ਗਿਣਤੀਆਂ ਮੋਦੀ ਦੇ ਰਾਜ ਦੇ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਨੇ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸਾਡੀ ਸਰਕਾਰ ਨੂੰ ਵੀ। ਪਿਆਰੇ ਸਰੋਤੇ, ਤੁਸੀਂ ਜੁੜੇ ਹੋਏ ਰੇਡੀਓ ਜੀ ਪੰਜਾਬ ਦੇ ਪ੍ਰੋਗਰਾਮ ਖਬਰਸਾਰ ਦੇ ਨਾਲ, ਅਤੇ ਸਾਡੇ ਸਟੂਡੀਓ ਦਾ ਨੰਬਰ ਹੈ +917814847406। ਸਾਡਾ ਈਮੇਲ ਐਡਰੈਸ ਹੈ radio.gpunjab@gmail.com, info@radio.gpunjab.com 'ਤੇ ਵੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਅਤੇ ਇੱਕ ਜਿਹੜਾ ਸਵਾਲ ਆਇਆ ਇਹ ਆਇਆ ਨਿਊਯਾਰਕ ਤੋਂ, ਚਰਨਜੀਤ ਸਿੰਘ ਬੋਲ ਰਹੇ ਨੇ ਨਿਊਯਾਰਕ ਤੋਂ। ਚਰਨਜੀਤ ਸਿੰਘ ਦਾ ਇਹ ਕਹਿਣਾ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ SGPC ਦੀ, ਇਹ ਤਾਂ ਖੁਸ਼ੀ ਦੀ ਖਬਰ ਹੈ। ਬਿਲਕੁਲ ਜੀ ਚਰਨਜੀਤ ਸਿੰਘ, ਖੁਸ਼ੀ ਦੀ ਖਬਰ ਹੈ। 523 ਜਿਹੜੇ ਲੋਕਾਂ ਨੂੰ, ਜਿਹੜੇ SGPC ਦੇ ਮੈਂਬਰਾਂ ਦੇ ਰਿਸ਼ਤੇਦਾਰ ਨੇ, ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਮੈਂ ਇਹ ਤਾਂ ਨਹੀਂ ਕਿਹਾ ਕਿ ਇਹਨਾਂ ਨੂੰ ਕਿਉਂ ਬਹਾਲ ਕੀਤਾ ਗਿਆ, ਮੈਂ ਤਾਂ ਇਹ ਕਹਿੰਦਾ ਇਹਨਾਂ ਨੂੰ ਕੱਢਿਆ ਕਿਉਂ ਗਿਆ। ਇਹ ਸਾਲ ਇੱਕ ਇਹਨਾਂ ਨੇ ਪੂਰੀ ਸਟਰਗਲ ਕੀਤੀ, ਕੋਰਟ 'ਚ ਗਏ, ਇੱਕ ਬੰਦੇ ਨੇ ਸੂਸਾਈਡ ਕਰਨ ਦੀ, ਹੁਸਨ ਸਿੰਘ ਨੇ ਸੂਸਾਈਡ ਕਮਿਟ ਕੀਤਾ, ਹਾਲੇ ਵੀ ਹਸਪਤਾਲ 'ਚ ਪਿਆ ਔਰ SGPC ਦਾ ਪ੍ਰਧਾਨ ਉਹਨੂੰ ਮਿਲਣ ਗਿਆ। ਮੈਂ ਤਾਂ ਇਹ ਕਿਹਾ ਕਿ ਇਹਨਾਂ ਨੂੰ ਕੱਢਿਆ ਕਿਉਂ ਗਿਆ, ਇਹਦੀ ਜ਼ਿੰਮੇਵਾਰੀ ਕੀ ਹੈ? ਜੇ ਉਹ ਬੰਦੇ ਐਲੀਜੀਬਲ ਨਹੀਂ ਸੀ, ਹੁਣ ਕਿਵੇਂ ਐਲੀਜੀਬਲ ਹੋ ਗਏ? ਜੇ ਬੰਦੇ ਉਹ ਗਲਤ ਤਰੀਕੇ ਨਾਲ ਸੀ, ਹੁਣ ਕਿਵੇਂ ਠੀਕ ਹੋ ਗਿਆ ਤਰੀਕਾ? ਇਹ ਜਿਹੜਾ ਮਾਨਾ ਹੀ ਕਰਦੀ ਹੈ ਨਾ SGPC, ਇਹ ਨਹੀਂ ਹੋਣਾ ਚਾਹੀਦਾ। ਇਹਦੀ ਮੈਂ ਜਿਹੜੀ, ਮੈਨੂੰ ਇਸ ਗੱਲ ਦਾ ਅਫਸੋਸ ਹੈ, ਮੈਂ ਇਹ ਕਿਹਾ ਸੀ ਸਰਦਾਰ ਚਰਨਜੀਤ ਸਿੰਘ ਨਿਊਯਾਰਕ ਵਾਲਿਓ, ਇਹ ਇਸ ਨੂੰ ਇਸ ਨਜ਼ਰੀਏ ਤੋਂ ਲਓ ਤੁਸੀਂ ਤਾਂ ਜ਼ਿਆਦਾ ਗੱਲ ਠੀਕ ਹੋਏਗੀ। ਅਗਲੀ ਖਬਰ, ਚੋਣ ਕਮਿਸ਼ਨ ਹਿੰਦੁਸਤਾਨ ਦੇ ਨੇ ਇੱਕ ਹੋਰ ਜਿਹੜਾ ਹੈ ਨਿਰਦੇਸ਼ ਜਾਰੀ ਕੀਤਾ, ਉਹ ਕੀਤਾ ਕਿ ਐਗਜ਼ੈਕਟ ਪੋਲ ਜਿਹੜਾ ਹੈ ਉਹ ਹੁਣ 19 ਮਈ ਸ਼ਾਮ ਨੂੰ 6:30 ਤੋਂ ਬਾਅਦ ਹੀ ਜਿਹੜਾ ਹੈ ਤੁਸੀਂ ਐਗਜ਼ੈਕਟ ਪੋਲ ਦੇ ਰਿਜ਼ਲਟ ਦੇ ਸਕੋਗੇ। ਮਤਲਬ 19 ਮਈ 6:30 ਤੱਕ ਐਗਜ਼ੈਕਟ ਪੋਲ 'ਤੇ ਪਾਬੰਦੀ ਹੈ। ਚੰਗੀ ਗੱਲ ਹੈ, ਲੱਗਣੀ ਚਾਹੀਦੀ ਹੈ।
ਐਗਜੈਕਟ ਪੋਲ ਕੀ ਹੁੰਦਾ ਹੈ? ਐਗਜੈਕਟ ਪੋਲ ਹੁੰਦਾ ਕਿ ਜਦੋਂ ਕੋਈ ਵੋਟ ਪਾ ਕੇ ਨਿਕਲਦਾ ਵੋਟਰ, ਉਹ ਤੋਂ ਪੁੱਛਦੇ ਨੇ ਜਿਹੜੇ ਮੀਡੀਆ ਵਾਲੇ ਜਾਂ ਏਜੰਸੀ ਜਾਂ ਰਿਸਰਚ ਏਜੰਸੀ ਕਿ ਦੱਸੋ ਕਿਹਨੂੰ ਵੋਟ ਪਾਈ ਹੈ। ਇਸ ਤਰ੍ਹਾਂ ਪੁੱਛਦੇ ਆਧਾਰ 'ਤੇ ਫਿਰ ਉਹ ਆਪਣਾ ਨਤੀਜੇ ਕੱਢਦੇ ਨੇ ਕਿ ਇਸ ਵਾਰ ਜਿਹੜੇ ਜਦੋਂ ਨਤੀਜੇ ਆਉਣਗੇ ਉਹ 'ਚ ਕਾਂਗਰਸ ਜਿੱਤੂ, ਉਹ 'ਚ ਮੋਦੀ ਜਿੱਤੂ ਜਾਂ ਕੋਈ ਹੋਰ ਪਾਰਟੀ ਜਿੱਤੂ, ਮਾਇਆਵਤੀ ਜਾਂ ਅਖਿਲੇਸ਼ ਯਾਦਵ। ਇਹ ਐਗਜੈਕਟ ਪੋਲ ਹੁੰਦੀ ਹੈ। ਇਹ ਪੋਲ ਤੋਂ ਵੋਟਾਂ ਤੋਂ ਬਾਅਦ ਵਾਲੀ ਗੱਲ ਹੁੰਦੀ ਹੈ। ਇੱਕ ਹੁੰਦਾ ਪ੍ਰੀ ਪੋਲ ਸਰਵੇ, ਉਹਦੇ ਵਿੱਚ ਪਹਿਲਾਂ ਜਿਹੜੇ ਸਰਵੇ ਕਰਵਾਏ ਜਾਂਦੇ ਨੇ ਉਹ ਹੁਣ, ਕਿਉਂਕਿ ਹੁਣ ਤਾਂ ਪੋਸੀਬਲ ਨਹੀਂ, ਹੁਣ ਅਸਰ ਪਾਉਂਦੇ ਨੇ ਉਹ, ਔਰ ਕੋਈ ਕਈ ਸਾਲ ਪਹਿਲਾਂ ਇਹ ਤਾਂ ਚੋਣ ਕਮਿਸ਼ਨ ਨੇ ਪਾਬੰਦੀ ਲਾਈ ਹੈ, ਪਹਿਲਾਂ ਹੋ ਜਾਂਦਾ ਸੀ, ਫਿਰ ਪੋਲੀਟੀਕਲ ਪਾਰਟੀਆਂ ਸਪੋਂਸਰ ਕਰਵਾ ਦਿੰਦੀਆਂ ਸੀ ਸਰਵੇ। ਸਾਡੀ ਗਲੋਬਲ ਪੰਜਾਬ ਫਾਊਂਡੇਸ਼ਨ ਜਿਹਦੇ ਵੱਲੋਂ ਰੇਡੀਓ ਚੱਲ ਰਿਹਾ, ਇਹਦੇ ਬਾਰੇ ਪਿਛਲੇ 7 ਵਾਲੇ ਇਲੈਕਸ਼ਨ ਦੇ ਵਿੱਚ ਕਿਸੇ ਨੇ ਵੈਸੇ ਹੀ ਸਾਡੇ ਨਾਂ 'ਤੇ ਇੱਕ ਸਰਵੇ ਕਰਕੇ ਪਾਤਾ ਕਿ ਜਿਹੜੀ ਹੈ ਇੱਥੇ ਕਾਂਗਰਸ ਜਿੱਤੂਗੀ, ਹਾਲਾਂਕਿ ਉਦੋਂ ਬਾਅਦ ਅਕਾਲੀ ਜਿੱਤੇ ਸੀ। ਅਤੇ ਉਨ ਅਕਾਲੀਆਂ ਦੇ ਜਿਹੜਾ ਹੁਣ ਇੱਧਰ ਗਿਆ ਬੱਬੀ ਬਾਦਲ, ਉਹਦਾ ਮੈਨੂੰ ਫੋਨ ਆਇਆ, ਕਹਿੰਦੇ ਜੀ ਤੁਸੀਂ ਕੋਈ ਸਰਵੇ ਕੀਤਾ? ਮੈਂ ਕਿਹਾ ਨਹੀਂ। ਕਹਿੰਦਾ ਇਹ, ਮੈਂ ਕਿਹਾ ਗਲਤ ਹੈ। ਉਸਨੇ ਹਿੰਦੁਸਤਾਨ ਟਾਈਮ ਜੋ ਅਜੀਤ ਵੱਡੇ ਅਖਬਾਰਾਂ 'ਚ ਫਰੰਟ ਪੇਜ 'ਤੇ ਮੇਰੀ ਫੋਟੋ ਲਾ ਕੇ ਉਸਨੂੰ ਜਿਹੜਾ ਹੈ ਕੰਟਰਾਡਿਕਟ ਕੀਤਾ ਸੀ। ਹੁਣ ਉਹ ਗੱਲਾਂ ਗਈਆਂ, ਹੁਣ ਪ੍ਰੀ ਪੋਲ ਸਰਵੇ ਹੁਣ ਨਹੀਂ ਇਲੈਕਸ਼ਨ ਤੋਂ ਪਹਿਲਾਂ ਹੋ ਸਕਦੇ ਕਿਉਂਕਿ ਵੋਟਾਂ 'ਤੇ ਅਸਰ ਪੈਂਦਾ, ਤਾਂ ਹੀ ਤਾਂ ਇੱਕੋ ਦਿਨ ਜਿਹੜੀ ਹੈ ਉਹ ਰਿਜ਼ਲਟ ਆਉਂਦੇ ਨੇ। ਤੋ ਜਿਹੜੇ ਐਗਜੈਕਟ ਪੋਲ ਆ ਕਾਫੀ ਹੱਦ ਤੱਕ ਠੀਕ ਹੁੰਦੀ ਹੈ ਜੇ ਸਹੀ ਤਰੀਕੇ ਨਾਲ ਸੈਂਪਲ ਲੈ ਕੇ ਕੀਤੀ ਜਾਵੇ। ਜਿਹੜੇ ਪ੍ਰੀ ਪੋਲ ਸਰਵੇ ਨੇ ਉਹ ਸਪੋਂਸਰ ਹੁੰਦੇ ਨੇ ਬਹੁਤ ਵਾਰ, ਜਿਵੇਂ ਹੁਣ ਦਿੱਲੀ ਦੇ ਵਿੱਚ ਕਿਸੇ ਨੇ ਵੀ ਇੰਡੀਆ ਏਜੰਸੀ ਜਾਂ ਆਪਣੇ ਆਪ ਨੂੰ ਘਾਉਂਦੀਆਂ ਨੇ, ਕਿਸੇ ਨੇ ਨਹੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ 17 ਚੋਂ 67 ਸੀਟਾਂ ਜਿੱਤ ਜਾਏਗਾ। ਤੋ ਇਹ ਜਿਹੜੇ ਚੋਣ ਕਮਿਸ਼ਨ ਨੇ ਇਹ ਜਿਹੜੀ ਲਾਈ ਹੈ ਪਾਬੰਦੀ, ਇਹ ਮੇਰੇ ਖਿਆਲ 'ਚ ਕਾਫੀ ਹੱਦ ਤੱਕ ਠੀਕ ਹੈ ਕਿਉਂਕਿ 19 ਮਈ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ, 6:30 ਤੱਕ ਵੋਟਾਂ ਲਗਭਗ ਖਤਮ ਹੋ ਜਾਣਗੀਆਂ, 5 ਵਜੇ ਤੱਕ ਜਿਹੜੇ ਲਾਈਨ 'ਚ ਖੜਨਗੇ ਉਹੀ ਖਤਮ ਜਿਹੜੇ ਵੋਟ ਪਾ ਸਕਣਗੇ। ਤੋ ਇਹ ਸਾਰੇ ਦੇ ਵਿੱਚ ਲੱਗਦਾ ਇਹ ਹੈ ਕਿ ਐਗਜੈਕਟ ਪੋਲ ਜਿਹੜਾ ਹੈ ਉਹਦੇ ਰਿਜ਼ਲਟ ਤੁਹਾਨੂੰ 6:30-7 ਵਜੇ ਤੱਕ ਆਉਣੇ ਸ਼ੁਰੂ ਹੋ ਜਾਣਗੇ, ਔਰ ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕੋਗੇ ਕਿ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ। ਪਿਆਰੇ ਸਰੋਤੇ, ਤੁਸੀਂ ਸੁਣਦੇ ਹੋ ਰੇਡੀਓ ਜੀ ਪੰਜਾਬ ਦਾ ਪ੍ਰੋਗਰਾਮ ਖਬਰਸਾਰ, ਅਤੇ ਸਾਡੇ ਸਟੂਡੀਓ ਦਾ ਨੰਬਰ ਹੈ +91 7814847406, ਅਤੇ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ ਈਮੇਲ 'ਤੇ ਵੀ, radiogpunjab@gmail.com, info@radiogpunjab.com 'ਤੇ ਵੀ ਤੁਸੀਂ ਸਾਡੇ ਨਾਲ ਜਿਹੜੀ ਗੱਲ ਕਰ ਸਕਦੇ ਹੋ। ਨਵਜੋਤ ਸਿੰਘ ਸਿੱਧੂ ਹੁਣ ਲਗਾਤਾਰ ਬੋਲਣਾ ਉਹਨੇ ਸ਼ੁਰੂ ਕੀਤਾ ਹੈ। ਫਿਰ ਪਹਿਲਾਂ ਕਿਹਾ ਕਿ ਮੇਰੀ ਪਤਨੀ ਸਟਿਪਣੀ ਨਹੀਂ ਜਿਹੜੀ ਬਠਿੰਡੇ ਤੋਂ ਚੋਣ ਲੜੇ, ਅਤੇ ਅੱਜ ਉਹਨੇ ਇੱਕ ਨਵੀਂ ਸਟੇਟਮੈਂਟ ਦਿੱਤੀ ਹੈ, ਉਹ ਵੀ ਆਪਣੇ ਆਪ 'ਚੋਂ ਬੜੀ ਇੰਪੋਰਟੈਂਟ ਸਟੇਟਮੈਂਟ ਹੈ। ਉਹਨੇ ਬਾਲ ਜਿਹੜੀ ਹੈ, ਕਿਉਂਕਿ ਕ੍ਰਿਕਟ ਖਿਡਾਰੀ ਰਿਹਾ, ਉਹਨੇ ਬਾਲ ਕੈਪਟਨ ਦੇ ਜਿਹੜੇ ਹੈ ਹਵਾਲੇ ਕਰਤੀ, ਉਹਦੇ ਗਰਾਊਂਡ 'ਚ ਭੇਜਤੀ। ਉਹਨੇ ਕਿਹਾ ਕਿ ਜੇ ਬਠਿੰਡੇ ਤੋਂ ਜਿੱਤਣਾ ਚਾਹੁੰਦੀ ਹੈ ਕਾਂਗਰਸ ਤਾਂ ਕੈਪਟਨ ਤੋਂ ਤਕੜਾ ਕੋਈ ਉਮੀਦਵਾਰ ਨਹੀਂ। ਕੈਪਟਨ ਨੇ ਤਾਂ ਚਿੱਤ ਕਰਤਾ ਸੀ ਰਣਜੇਤਲੀ ਨੂੰ ਵੀ, ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੜਨਾ ਚਾਹੀਦਾ ਬਠਿੰਡੇ ਤੋਂ ਜਾ ਕੇ। ਹੁਣ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਹੈ। ਇਹ ਇਸ ਕਰਕੇ ਸਵਾਲ ਹੈ ਕਿ ਜੇ ਪਾਰਟੀ ਹੁਕਮ ਲਾਉਂਦੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੂੰ, ਉਹਦਾ ਜਵਾਬ ਉਹਨੇ ਪਹਿਲਾਂ ਹੀ ਦਿੱਤਾ ਕਿ ਉਹ ਸਟਿਪਣੀ ਨਹੀਂ, ਨਾ ਹੀ ਉਹਨੇ ਜਾਣਾ। ਦੂਜਾ ਉਹਨੇ ਇਹ ਕਿਹਾ ਕਿ ਤੂੰ ਆਪਦੇ ਕਿਤੇ ਤਾਂ ਲੋਕਾਂ ਨੂੰ ਲੜਾਉਣਾ, ਕਿਤੇ ਉਸਨੇ ਡਿਫੈਂਸ 'ਚ ਪਾਤਾ ਕੈਪਟਨ ਅਮਰਿੰਦਰ ਸਿੰਘ ਨੂੰ, ਅਤੇ ਕੈਪਟਨ ਕਿਉਂ ਚਾਹੂਗਾ, ਇੱਕ ਮੁੱਖ ਮੰਤਰੀ ਕਿਉਂ ਚਾਹੂਗਾ ਜਿਹੜੀ ਹੈ ਲੜਨਾ, ਲੇਕਿਨ ਇਲੈਕਸ਼ਨ ਦਾ ਟਾਈਮ ਹੈ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਹੀ ਹੁੰਦੀਆਂ ਨੇ। ਇੱਕ ਆਪਾਂ ਹੁਣ ਸਾਰੀਆਂ ਪੋਲੀਟੀਕਲ ਖਬਰਾਂ ਲਈਆਂ ਸੀ, ਇੱਕ ਖਬਰ ਅਸੀਂ ਸਮਾਜਿਕ ਵੀ ਲੈ ਲਈਏ। ਸਰਦੂਲਗੜ੍ਹ ਦੇ ਵਿੱਚ ਇੱਕ ਸਕੂਲ ਦੇ ਵਿੱਚ ਦੋ ਜਿਹੜੇ ਇਹ ਮੁੰਡਾ ਕੁੜੀ ਪੜ੍ਹਾਉਂਦੇ ਸੀ, ਉਹਨਾਂ ਦੋਨਾਂ ਦਾ ਹੋ ਗਿਆ ਪ੍ਰੇਮ। ਉਹ ਸੀ ਮਾਨਸਾ ਲਾਗੇ ਇੱਕ ਪਿੰਡ ਦੇ, ਜੇ ਆਪਾਂ ਮਾਨਸਾ ਤੋਂ ਜਾਈਏ ਝਨੀਰ, ਝਨੀਰ ਤੋਂ ਅੱਗੇ ਸਰਦੂਲਗੜ੍ਹ ਆਉਂਦਾ, ਉਹ ਡੇਲੀ ਸਰਦੂਲਗੜ੍ਹ ਜਾਂਦੇ ਸੀ, ਅਤੇ ਘਰ ਦੇ ਉਹਨਾਂ ਦੇ ਵਿਆਹ ਦੀ ਕਰਦੇ ਸੀ ਵਿਰੋਧ, ਅਤੇ ਕੁੜੀ ਮੁੰਡੇ ਨੇ ਕਰਾ ਲਿਆ ਵਿਆਹ।
ਇੱਕ ਦਿਨ ਉਹ ਦੋਨੇ ਮੋਟਰਸਾਈਕਲ ਤੇ ਆ ਰਹੇ ਸੀ ਤੇ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਕੇ ਸਿੱਟ ਲਿਆ। ਕੁੜੀ ਦੇ ਮਾਮੇ ਦੇ ਮੁੰਡੇ ਨੇ ਪਿਸਤੌਲ ਕੱਢਿਆ ਤੇ ਮਾਰਤਾ, ਮੁੰਡਾ ਬਚ ਗਿਆ, ਕੁੜੀ ਮਰ ਗਈ। ਬਿਲਕੁਲ ਜੱਸੀ ਕਾਂਡ ਵਾਂਗ ਹੋਇਆ। ਮੁੰਡੇ ਨੇ ਰਿਪੋਰਟ ਲਗਾਈ, 6 ਬੰਦੇ ਫਸ ਗਏ ਤੇ ਕੱਲ ਫੈਸਲਾ ਦਿੱਤਾ ਮਾਨਸਾ ਦੇ ਜੱਜ ਨੇ ਕਿ ਜਿਹੜੇ ਮਾਮੇ ਦੇ ਮੁੰਡੇ ਜਿਹਨੇ ਗੋਲੀ ਚਲਾਈ ਸੀ ਉਹਨੂੰ ਫਾਂਸੀ, ਬਾਕੀ ਬਰੀ। ਹੁਣ ਸਵਾਲ, ਜਦੋਂ ਇਹ ਫੈਸਲਾ ਦਿੱਤਾ ਤਾਂ ਉਹ ਮੁੰਡਾ ਹੱਥ ਜੋੜ ਕੇ ਖੜ ਗਿਆ ਜਿਹਨੇ ਗੋਲੀ ਚਲਾਈ ਸੀ, ਕਹਿੰਦਾ ਜੀ ਮੈਂ ਫੌਜੀ ਰਿਹਾ, ਮੇਰੇ ਛੋਟੇ ਬੱਚੇ ਨੇ। ਅਤੇ ਜੱਜ ਨੇ ਕਿਹਾ ਕਿ ਜੇ ਤੂੰ ਫੌਜੀ ਹੈ ਇਹਦਾ ਮਤਲਬ ਤੈਨੂੰ ਲਾਇਸੈਂਸ ਮਿਲ ਗਿਆ ਲੋਕਾਂ ਨੂੰ ਮਾਰਨ ਦਾ, ਨਹੀਂ ਤੈਨੂੰ ਫਾਂਸੀ ਹੋਣੀ ਚਾਹੀਦੀ ਹੈ। ਸੋ ਇਹ ਖਬਰ ਜਿਹੜੀ ਹੈ ਉਸ ਪਾਸੇ ਇਸ਼ਾਰਾ ਕਰਦੀ ਹੈ ਕਿ ਹਾਲੇ ਵੀ ਇਸ ਉਮਰ ਦੇ ਵਿੱਚ ਵੀ, ਇਸ ਸੰਚਾਰ ਗਲੋਬਲ ਏਜ ਦੇ ਵਿੱਚ ਵੀ ਅਸੀਂ ਕਿੱਥੇ ਖੜ੍ਹੇ ਹਾਂ, ਇਹ ਗੱਲ ਸਮਝਣ ਵਾਲੀ ਹੈ। ਅਸੀਂ ਕਿੰਨੇ, ਮੈਂ ਦਕੀਆਂ ਨੂੰ ਉਸੀ ਵਰਗਾ ਸ਼ਬਦ ਤਾਂ ਨਹੀਂ ਯੂਜ਼ ਕਰਦਾ, ਪਰ ਹਰਿਆਣਾ ਸਾਡੇ ਨਾਲ ਥੋੜ੍ਹਾ ਜਿਹਾ ਜ਼ਿਆਦਾ ਇਸ ਮਾਮਲੇ 'ਚ। ਅਣਖ ਦੀ ਖਾਤਰ ਜਿਹੜੇ ਕਤਲ ਹੁੰਦੇ ਨੇ ਉਹਨਾਂ 'ਚ ਅਸੀਂ ਵੀ, ਜੇ ਅੱਗੇ ਨਹੀਂ ਤਾਂ ਪਿੱਛੇ ਵੀ ਨਹੀਂ, ਇਹਦੀ ਬੜੀ ਜ਼ਰੂਰਤ ਹੈ। ਦੁਨੀਆ ਬਹੁਤ ਅੱਗੇ ਨਿਕਲ ਗਈ ਹੈ, ਇਹ ਤੋਂ ਬਚਣਾ ਚਾਹੀਦਾ। ਮੁੰਡਾ ਕੁੜੀ ਦੀ ਗੱਲ ਸੁਣ ਕੇ ਉਹਦੇ ਮੁਤਾਬਕ ਜਿਹੜੀ ਹੈ ਗੱਲ ਕਰਨੀ ਚਾਹੀਦੀ ਹੈ। ਇਹ ਖਬਰ ਸਾਨੂੰ ਇਸ ਪਾਸੇ ਸੋਚਣ ਲਈ ਮਜਬੂਰ ਕਰਦੀ ਹੈ। ਪਿਆਰੇ ਸਰੋਤਿਓ, ਤੁਸੀਂ ਸਾਡੇ ਨਾਲ ਪ੍ਰੋਗਰਾਮ ਖਬਰਸਾਰ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਖਬਰ ਦੇ ਨਾਲ ਹੀ ਮੈਂ ਇਹ ਖਬਰ ਜਿਹੜਾ ਪ੍ਰੋਗਰਾਮ ਖਬਰਸਾਰ ਇਹ ਖਤਮ ਕਰਨ ਦੀ ਆਗਿਆ ਲੈਣਾ। ਰੇਡੀਓ ਜੀ ਪੰਜਾਬ ਦਾ ਇਹ ਪ੍ਰੋਗਰਾਮ ਹਿੰਦੁਸਤਾਨ ਦਾ ਟਾਈਮ ਹੈ, ਇੰਡੀਆ ਦਾ ਜਿਹੜਾ ਟਾਈਮ ਹੈ 8:30 ਉਹਦੇ ਵਿੱਚ ਹਰ ਰੋਜ਼ ਆਉਂਦਾ ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਅਤੇ ਮੈਂ ਸਮਝਦਾ ਕਿ ਜਿਹੜੇ ਵੀ ਲੋਕ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ ਜਾਂ ਹੁੰਦੇ ਨੇ, ਉਹਨਾਂ ਨੂੰ ਘੱਟੋ ਘੱਟ ਪੰਜਾਬ ਦੀਆਂ ਸਾਰੀਆਂ ਖਬਰਾਂ ਅਤੇ ਖਬਰਾਂ 'ਤੇ ਵਿਆਖਿਆ, ਖਬਰਾਂ 'ਤੇ ਟਿੱਪਣੀ ਸੁਣਨ ਨੂੰ ਜਿਹੜੀ ਹੈ ਮਿਲਿਆ ਕਰੇਗੀ। ਔਰ ਇਹ ਤਾਂ ਅਸੀਂ ਆਸ ਵੀ ਕਰਦੇ ਹਾਂ ਕਿ ਤੁਸੀਂ ਵੀ ਆਪਣਾ ਜਿਹੜੀ ਹੈ ਟਿੱਪਣੀ ਕਰਦੇ ਰਹੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਅੱਜ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ। ਰੱਬ ਰਾਖਾ, ਸਤਿ ਸ਼੍ਰੀ ਅਕਾਲ।